ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਤੁਹਾਡੇ ਨਾਲ ਅੱਜ ਬੜੇ ਦਿਨਾਂ ਬਾਅਦ ਗੱਲ ਕਰ ਰਹੀ ਹਾਂ, ਕਿਉਂਕਿ ਵੈਸੇ ਮੇਰਾ ਦਿਲ ਤਾਂ ਨਹੀਂ ਕਰਦਾ ਕਿ ਮੈਂ ਨੈਗੇਟਿਵ ਬੋਲਾਂ ਜਾਂ ਕੁਛ ਬੋਲਾਂ, ਲੇਕਿਨ ਜਦੋਂ ਇਹ ਮਜਬੂਰ ਕਰ ਦਿੰਦੇ ਨੇ ਬੋਲਣ ਵਾਸਤੇ। ਸਰਦਾਰ ਹਰਮੀਤ ਸਿੰਘ ਕਾਲਕਾ, ਕੱਲ੍ਹ ਉੱਥੇ ਰਜੌਰੀ ਗਾਰਡਨ ਇੱਕ ਮੂਵੀ ਦਿਖਾਈ ਗਈ, ਜਿਹੜੀ ਕਿ ਪੰਜਾਬ ਦੇ ਉੱਪਰ ਵੀ ਸੀ, ਨਾਲ ਹੀ ਅਮੈਰੀਕਾ ਅਫਰੀਕਾ ਦੇ ਉੱਪਰ ਵੀ ਸੀ, ਕਿ ਕਾਫੀ ਸਾਰੇ ਲੋਕ ਜਿਹੜੇ ਨੇ ਲੋਅ ਲੈਵਲ ਦੇ ਕਹਿ ਸਕਦੇ, ਜਿਨ੍ਹਾਂ ਦੀ ਇਨਕਮ ਲੈਵਲ ਹੈ, ਜਾਂ ਜਿਹੜੇ ਲੋਕ ਸੁਪਰਸਟੀਸ਼ੀਅਸ ਹੈ, ਵੀ ਉਹ ਗੱਲਾਂ ਚਾ ਕੇ ਆਪਣਾ ਧਰਮ ਪਰਿਵਰਤਨ ਕਰ ਲੈਂਦੇ ਆ। ਔਰ ਉਹਨਾਂ ਨੇ ਉਹਦੇ ਉੱਪਰ ਸਿੱਧਾ ਹੀ ਨਾ ਤਾਂ ਉਹ ਮੂਵੀ ਦੇਖੀ ਆ ਕੇ, ਜਦੋਂ ਪਹੁੰਚੇ ਨੇ ਔਰ ਆਉਂਦਿਆਂ ਹੀ ਉਹਨਾਂ ਨੇ ਟਾਰਗੇਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਤੇ ਉਹਦੇ ਨਾਲ ਨਾਲ ਹੀ ਦਮਦਮੀ ਟਕਸਾਲ ਨੂੰ। ਪਹਿਲੇ ਤੁਸੀਂ ਆਪਣੀ ਮੰਜੀ ਥੱਲੇ ਸੋਟਾ ਮਾਰੋ ਕਿ ਤੁਸੀਂ ਕੀ ਕਰ ਰਹੇ ਹੋ, ਤੁਸੀਂ ਹੁਣ ਤੱਕ ਕੀਤਾ ਕੀ ਹੈ, ਕਿਉਂਕਿ ਤੁਸੀਂ ਜਦੋਂ ਦੇ ਗੁਰਦੁਆਰਾ ਕਮੇਟੀ ਦੇ ਵਿੱਚ ਮੈਂਬਰ ਬਣ ਕੇ ਆਏ ਹੋ, ਮੇਰੇ ਖਿਆਲ 2013 ਤੋਂ ਤੁਸੀਂ ਮੈਂਬਰ ਹੋ, ਤੁਸੀਂ ਪਹਿਲੇ ਆਪਣੇ ਬਾਰੇ ਦੱਸੋ ਕਿ ਤੁਸੀਂ ਕੰਸਟਰਕਟਿਵ ਕੰਮ ਕੀ ਕੀਤਾ, ਕਿਉਂਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੇ ਸਾਡੇ ਬ੍ਰਾਂਡ ਹੁੰਦੇ ਸੀ ਕਿਸੇ ਟਾਈਮ, ਤੁਸੀਂ ਉਹਨਾਂ ਸਕੂਲਾਂ ਦੇ ਚੇਅਰਮੈਨ ਵੀ ਰਹੇ ਹੋ, ਤੁਸੀਂ ਫਿਰ ਹੁਣ ਪ੍ਰਧਾਨ ਵੀ ਹੈਗੇ ਹੋ, ਤੁਸੀਂ ਜਨਰਲ ਸੈਕਟਰੀ ਵੀ ਰਹੇ ਹੋ, ਜੁਆਇੰਟ ਸੈਕਟਰੀ ਵੀ ਰਹੇ ਹੋ, ਇੰਨੀਆਂ ਪੋਸਟਾਂ 'ਤੇ ਰਹਿ ਕੇ ਤੁਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਉਹਨਾਂ ਦੀ ਕੰਡੀਸ਼ਨ ਦਿਨ ਪਰ ਦਿਨ ਡਿਟੀਰੀਓਰੇਟਿੰਗ ਹੁੰਦੀ ਗਈ, ਬੱਚੇ ਘੱਟ ਗਏ, ਔਰ ਸਟਾਫ ਦੇ ਉੱਪਰ ਤੁਸੀਂ ਹਰ ਵਾਰੀ ਤਲਵਾਰ ਟੰਗ ਦਿੰਦੇ ਹੋ ਜੀ ਸਰਪਲਸ ਸਟਾਫ ਹੈ ਅਸੀਂ ਤੁਹਾਨੂੰ ਕੱਢ ਦਾਂਗੇ। 2002 ਤੋਂ ਲੈ ਕੇ ਹੁਣ ਤੱਕ ਦਾ ਸਟਾਫ ਸਰਪਲਸ ਕਿਵੇਂ ਹੋ ਸਕਦਾ ਹੈ? ਤੁਸੀਂ ਉਹਦੇ 'ਚ ਇੰਨੇ ਸਾਰੇ ਜਿਹੜੇ ਬੰਦੇ ਨਵੇਂ ਭਰਤੀ ਕਰਦੇ ਹੋ, ਐਡਹੋਕ 'ਤੇ ਰੱਖਦੇ ਹੋ, ਅਤੇ ਫਿਰ ਸਰਪਲਸ ਸਟਾਫ ਕਿੱਥੋਂ ਹੋ ਗਿਆ? ਫਿਰ ਨਾਲ ਸਭ ਤੋਂ ਵੱਡੀ ਗੱਲ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 8 ਬੰਦੇ ਤੁਸੀਂ ਰੱਖੇ ਹੋਏ ਨੇ, 2-2 ਬੰਦੇ ਤੁਸੀਂ ਜਿਹੜੇ ਕਿ ਬੋਡੀਗਾਰਡ ਬਣਾ ਕੇ ਗ੍ਰੇ ਉਹਨਾਂ ਨੂੰ ਸਫਾਰੀ ਸੂਟ ਪਵਾ ਕੇ ਇਹਦੇ ਸਿਰ 'ਤੇ ਲਾਲ ਪੱਗਾਂ ਬਣ ਕੇ ਮੈਂਬਰਾਂ ਨੂੰ ਦਿੱਤੇ ਹੋਏ ਨੇ, ਜੇ ਮੈਂਬਰਾਂ ਨੂੰ ਕੋਈ ਖਤਰਾ ਜਾਣ ਦਾ, ਇੰਨੇ ਸਾਰੇ ਤੁਸੀਂ ਬੋਡੀਗਾਰਡ ਦਿੱਤੇ ਨੇ। ਅਤੇ ਦੇਖਿਆ ਜਾਏ ਤਾਂ ਅਗਰ 2-2 ਮੈਂਬਰਾਂ ਦਾ ਹਿਸਾਬ ਵੀ ਲਗਾਓ ਤਾਂ 60 ਬੰਦੇ 70 ਹੋ ਗਏ, ਬਾਕੀ ਤੁਹਾਡੇ ਬੰਦੇ ਹੋ ਗਏ, ਔਰ ਡਰਾਈਵਰ ਤੁਸੀਂ ਐਕਸਟਰਾ 2-2 ਦਿੱਤੇ ਹੋਏ ਨੇ, ਅਤੇ ਸਰਪਲਸ ਸਟਾਫ ਤੁਸੀਂ ਰੱਖਿਆ ਹੋਇਆ ਨਾ, ਅਤੇ ਉਹਦੇ 'ਚ ਉਹਨਾਂ ਦਾ ਸਟਾਫ ਦਾ ਕੀ ਕਸੂਰ ਹੈ? ਫਿਰ ਤੁਸੀਂ ਦੱਸੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ PF ਹੈ, ਉਹ ਹਾਲੇ ਤੱਕ ਜਮ੍ਹਾਂ ਨਹੀਂ ਹੋਇਆ, ਕਦੇ ਜਮ੍ਹਾਂ ਕਰਾ ਦਿੰਦੇ ਹੋ, ਕਦੇ ਨਹੀਂ ਕਰਾਉਂਦੇ ਹੋ, ਅਤੇ ਉਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਹੈ ਜਿਹੜਾ ਤੁਸੀਂ ਜਮ੍ਹਾਂ ਨਹੀਂ ਕਰਾਉਂਦੇ। ਇਹਦੇ ਨਾਲ ਨਾਲ ਹੀ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤ ਕੇ ਆਏ ਹੋ ਸਾਰੇ ਮੈਂਬਰ, ਮੈਂ ਵੀ ਤੁਹਾਡੇ ਨਾਲ ਹੀ ਜਿੱਤ ਕੇ ਆਈ ਹਾਂ, ਔਰ ਸ਼੍ਰੋਮਣੀ ਅਕਾਲੀ ਦਲ ਨੇ ਹੀ ਅੱਜ ਤੁਹਾਨੂੰ ਨੇਮ ਐਂਡ ਫੇਮ ਦਿੱਤਾ, ਸਾਰਾ ਕੁਝ ਉਹਨਾਂ ਨੇ ਦਿੱਤਾ, ਜਦੋਂ MLA ਕਾਉਂਸਲਰ ਸੀ ਤੁਸੀਂ, ਉਹ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਣੇ, ਅਤੇ ਅੱਜ ਤੁਸੀਂ ਅੱਖਾਂ ਦਿਖਾਉਂਦੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਉਹਨਾਂ ਨੇ ਤੁਹਾਨੂੰ ਕੁਛ ਮਿਲਦਾ, ਹਰਿਆਣਾ ਕਮੇਟੀ ਤੁਸੀਂ ਤੋੜੀ ਮਿਲ ਕੇ, ਔਰ ਤੁਸੀਂ ਉਹਨਾਂ ਨੂੰ ਸਿਰ 'ਤੇ ਬਿਠਾਉਂਦੇ ਹੋ, ਇਹਦੇ ਨਾਲ ਨਾਲ ਤੁਸੀਂ ਹਰ ਜਗ੍ਹਾ ਜਿੱਥੇ ਕੋਈ ਸਿੱਖਾਂ ਦੇ ਅਦਾਰੇ ਨੇ ਉੱਥੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੁੱਟੇ, ਲੇਕਿਨ ਸਿੱਖ ਸਮਝਦਾਰ ਨੇ। ਔਰ ਮੈਂ ਇੱਕ ਬੇਨਤੀ ਹੋਰ ਵੀ ਕਰਨਾ ਚਾਹਾਂਗੀ ਕਿ ਜਿਵੇਂ ਬਾਰ ਬਾਰ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਕਿ ਧਰਮ ਪਰਿਵਰਤਨ ਹੋ ਗਿਆ ਜਾਂ ਇਸ ਦਾ ਕਰਤਾ ਸਿੱਖੀ ਨਾ ਮੁੱਕਦੀ ਹੈ, ਕਿਉਂਕਿ ਉਹ ਸਿੱਖ ਹੈ ਹੀ ਨਹੀਂ ਜਿਹੜੇ ਧਰਮ ਪਰਿਵਰਤਨ ਕਰ ਜਾਂਦੇ ਨੇ ਜਾਂ ਉਹ ਬਦਲ ਜਾਂਦੇ ਨੇ, ਕਿਉਂਕਿ ਸਿੱਖ ਜਿਹੜਾ ਉਹ ਆਪਣੇ ਆਪ 'ਚ ਪੱਕਾ ਹੈਗਾ ਔਰ ਕਦੀ ਵੀ ਨਹੀਂ ਬਦਲੇਗਾ, ਕਿਉਂਕਿ ਜਿਵੇਂ ਕਹਿੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੜ ਦਸ ਦੂਣ ਸਵਾਏ ਹੋਏ, ਅਤੇ ਸਿੱਖਾਂ ਨੇ ਨਹੀਂ ਮੁੱਕਣਾ। ਤੁਸੀਂ ਜਾ ਕੇ ਦੇਖੋ ਹੋਲਾ ਮਹੱਲਾ, ਜਾ ਕੇ ਦੇਖੋ ਆਨੰਦਪੁਰ ਸਾਹਿਬ, ਕਦੇ ਜਾਓ ਉੱਥੇ ਦੇਖੋ ਸਿੱਖੀ, ਉੱਥੇ ਜਾ ਕੇ ਦੇਖੋ ਕਿੰਨੇ ਸਿੱਖ ਆਉਂਦੇ ਨੇ ਉੱਥੇ, ਕਿ ਹਰ ਤਰੀਕੇ ਨਾਲ ਤੁਸੀਂ ਜਦੋਂ ਤੁਹਾਨੂੰ ਮੌਕਾ ਮਿਲਦਾ ਤੁਸੀਂ ਬੁਰਾਈ ਕਰਦੇ ਹੋ, ਲੇਕਿਨ ਮੇਰਾ ਕਦੇ ਵੀ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਬੁਰਾਈ ਦੀ ਗੱਲ ਕਰਾਂ ਜਾਂ ਕੁਛ ਕਰਾਂ, ਲੇਕਿਨ ਤੁਸੀਂ ਹੁਣ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਕਿ ਜਿਹੜਾ ਕਿ ਸਾਡੀ ਮਰਿਆਦਾ 'ਚ ਵੀ ਲਿਖਿਆ ਹੋਇਆ, ਉਹ ਮਰਿਆਦਾ ਅਸੀਂ ਨਹੀਂ ਬਣਾਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਮਰਿਆਦਾ ਵਿੱਚ ਹੈ, ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੀ ਮਰਿਆਦਾ ਵਿੱਚ ਵੀ ਹੈ ਕਿ ਬਸੰਤੀ ਔਰ ਸੁਰਮਈ ਰੰਗ ਦਾ ਹੋਣਾ ਚਾਹੀਦਾ ਹੈ ਨਿਸ਼ਾਨ ਸਾਹਿਬ, ਲੇਕਿਨ ਤੁਸੀਂ ਫਿਰ ਕਹਿ ਰਹੇ ਸਾਨੂੰ ਰਿਟਰਨ ਚਿੱਠੀ ਆਏਗੀ ਅਤੇ ਅਸੀਂ ਮੰਨਾਂਗੇ, ਇਹਦਾ ਮਤਲਬ ਹੈ ਤੁਸੀਂ ਹਰ ਪਾਸਿਓਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਹਿਣਾ ਮੰਨਣਾ ਹੀ ਨਹੀਂ। ਅਤੇ ਇੱਕ ਤੁਸੀਂ ਹੋਰ ਬਹੁਤ ਵਧੀਆ ਕੰਮ ਕੀਤਾ ਕੱਲ੍ਹ, ਤੁਸੀਂ ਜਿਹੜੀ ਵੀਡੀਓ ਚਲਾ ਰਹੇ ਹੋ ਆਪਣੀ, ਉਹਦੇ 'ਚ ਤੁਸੀਂ ਬਾਰ ਬਾਰ ਸਟਿਲ ਫੋਟੋਗ੍ਰਾਫ ਦਿਖਾ ਰਹੇ ਹੋ, ਮੈਂ ਬੈਠੀ ਹੋਈ ਹਾਂ ਸਾਹਮਣੇ, ਤੁਸੀਂ ਬਾਰ ਬਾਰ ਉਹ ਫੋਟੋਗ੍ਰਾਫ ਦਿਖਾ ਰਹੇ ਹੋ, ਇਸ ਤਰ੍ਹਾਂ ਦਿਖਾ ਰਹੇ ਹੋ ਕਿ ਜਿਵੇਂ ਮੈਂ ਤੁਹਾਡੇ ਲੈਕਚਰ ਨੂੰ ਸੁਣ ਰਹੀ ਹਾਂ,
ਔਰ ਮੈਂ ਬਿਲਕੁਲ ਵੀ ਤੁਹਾਡਾ ਲੈਕਚਰ ਨਹੀਂ ਸੁਣਿਆ ਕਿਉਂਕਿ ਮੈਂ ਉਸ ਤੋਂ ਪਹਿਲੇ ਉੱਠ ਕੇ ਚਲੀ ਗਈ ਸੀ ਤੁਹਾਡੇ ਆਉਣ ਤੋਂ ਸੀ ਤੁਸੀਂ 8 ਬੰਦਿਆਂ ਨਾਲ ਐਵੇਂ ਐਂਟਰੀ ਕੀਤੀ ਜਿਵੇਂ ਗੁਰਦੁਆਰੇ ਦਾ ਪ੍ਰਧਾਨ ਨਹੀਂ, ਪਤਾ ਨਹੀਂ ਕੌਣ ਐਂਟਰੀ ਕਰ ਰਿਹਾ। ਤੇ ਇਸ ਤਰ੍ਹਾਂ ਗੁਰਦੁਆਰੇ ਦੇ ਪ੍ਰਧਾਨ ਤੇ ਬੜਾ ਨਿਮਾਣਾ ਹੋਣਾ ਚਾਹੀਦਾ ਹੈ ਔਰ ਨਿਮਾਣੇ ਹੋ ਕੇ ਹੀ ਕੰਮ ਹੁੰਦਾ। ਤੁਸੀਂ ਉਹ ਬਾਰ ਬਾਰ ਫੋਟੋ ਚਲਾ ਰਹੇ ਹੋ ਮੇਰੀ, ਦਿਖਾ ਰਹੇ ਹੋ ਕਿ ਜਿਵੇਂ ਮੈਂ ਬੈਠ ਕੇ ਸੁਣ ਰਹੀ ਹਾਂ। ਅਗਰ ਤੁਸੀਂ ਮੇਰੇ ਸਾਹਮਣੇ ਆ ਗੱਲਾਂ ਬੋਲਦੇ ਤਾਂ ਤੁਹਾਨੂੰ ਮੈਂ ਉੱਥੇ ਖੜੇ ਹੋ ਕੇ ਟੋਕ ਵੀ ਦੇਣਾ ਸੀ। ਮੈਂ ਕੋਈ ਉਹ ਨਹੀਂ ਕਿ ਤੁਹਾਡੇ ਘਰ ਸਾਹਮਣੇ ਬੈਠ ਕੇ ਤੁਹਾਡੀ ਗੱਲਾਂ ਸੁਣ ਰਹੀ ਹਾਂ ਕਿ ਤੁਸੀਂ ਜੋ ਮਰਜ਼ੀ ਬੋਲੀ ਜਾਓਗੇ ਅਸੀਂ ਸੁਣੀ ਜਾਵਾਂਗੇ। ਤੇ ਮੈਂ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਸੰਗਤ ਨੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦਿੱਤਾ ਸੀ ਤੇ ਇਸ ਕਰਕੇ ਇਹਨਾਂ ਦੇ ਗੱਲਾਂ ਦੇ ਉੱਪਰ ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਇਹਨਾਂ ਤੋਂ ਬਚੋ। ਸਾਧ ਸੰਗਤ ਨੂੰ ਵੀ ਬੇਨਤੀ ਕਰਾਂਗੀ ਇਹਨਾਂ ਤੋਂ ਬਚੋ, ਇਹ ਕਿਸ ਤਰ੍ਹਾਂ ਦਾ ਕੂੜ ਪ੍ਰਚਾਰ ਕਰਦੇ ਨੇ ਇਹਨਾਂ ਤੋਂ ਬਚੋ, ਕਿਉਂਕਿ ਇਹ ਸਿੱਖੀ ਦੇ ਰੂਪ ਵਿੱਚ ਇਹ ਬਹਿਰੂਪ ਹੀ ਹੈਗੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।